ਸਾਰਿਆਂ ਨੂੰ ਸਤਿ ਸ਼੍ਰੀ ਅਕਾਲ। ਅਸੀਂ ਜ਼ਿਲ੍ਹਾ ਪ੍ਰਸ਼ਾਸਨ ਲੁਧਿਆਣਾ ਵੱਲੋਂ 15 ਅਪ੍ਰੈਲ ਨੂੰ ਵਰਲਡ ਆਰਟ ਡੇ ਹੈ ਅਤੇ ਇਹਦੇ ਵਿੱਚ ਇੱਕ ਅਸੀਂ ਕੰਪੀਟੀਸ਼ਨ ਸਕੂਲੀ ਬੱਚਿਆਂ ਦਾ ਲਾਂਚ ਕਰਨ ਲੱਗੇ ਹਾਂ। ਵਰਲਡ ਆਰਟ ਡੇ ਦੇ ਮੌਕੇ 'ਤੇ ਅਸੀਂ ਚਾਹੁੰਦੇ ਹਾਂ ਕਿ ਜ਼ਿਲ੍ਹਾ ਪ੍ਰਸ਼ਾਸਨ ਦੇ ਦਫ਼ਤਰ ਵਿਖੇ ਅਸੀਂ ਆਪਣੇ ਸਕੂਲ ਬੱਚਿਆਂ ਦੇ ਆਰਟ ਵਰਕਸ ਨੂੰ ਡਿਸਪਲੇ ਕਰੀਏ। ਤੋ ਅਸੀਂ ਸਾਰੇ ਵੀ ਸਰਕਾਰੀ ਅਤੇ ਪ੍ਰਾਈਵੇਟ ਸਕੂਲਾਂ ਦੇ ਬੱਚਿਆਂ ਨੂੰ ਇਸ ਕੰਪੀਟੀਸ਼ਨ ਦੇ ਵਿੱਚ ਭਾਗ ਲੈਣ ਲਈ ਓਪਨ ਸੱਦਾ ਦਿੰਦੇ ਹਾਂ। ਅਸੀਂ ਚਾਹੁੰਦੇ ਹਾਂ ਕਿ ਤੁਸੀਂ ਆਪਣਾ ਜੋ ਮਨ ਕਰੇ, ਜਿਸ ਮਰਜ਼ੀ ਵਿਸ਼ੇ 'ਤੇ, ਕੋਈ ਸੋਸ਼ਲ ਵਿਸ਼ੇ ਹੋਵੇ, ਲੁਧਿਆਣਾ ਸੰਬੰਧੀ ਕੋਈ ਮੋਨੂਮੈਂਟ ਹੋਵੇ, ਲੁਧਿਆਣਾ ਸੰਬੰਧੀ ਕੋਈ ਇਸ਼ੂ ਹੋਵੇ, ਉਸ 'ਤੇ ਤੁਸੀਂ ਇੱਕ ਆਪਣਾ ਆਰਟ ਵਰਕ ਤਿਆਰ ਕਰੋ ਅਤੇ ਸਾਨੂੰ 14 ਅਪ੍ਰੈਲ ਤੱਕ ਆਪਣੇ ਪ੍ਰਿੰਸੀਪਲਸ ਨੂੰ ਕਾਈਂਡਲੀ ਦਿਓ। ਅਸੀਂ ਪ੍ਰਿੰਸੀਪਲਸ ਤੋਂ ਤੁਹਾਡੇ ਆਰਟ ਵਰਕਸ ਇਕੱਤਰ ਕਰਾਂਗੇ। ਇੱਥੇ ਕੁਝ ਆਰਟਿਸਟ ਦਾ ਇੱਕ ਜਿਊਰੀ ਬਣਾ ਕੇ ਤੁਹਾਡੇ ਆਰਟ ਵਰਕਸ ਜੱਜ ਕਰਾਂਗੇ ਅਤੇ ਬੈਸਟ ਜਿਹੜੇ ਤੁਹਾਡੇ ਆਰਟ ਵਰਕਸ ਨਿਕਲ ਕੇ ਆਉਣਗੇ, ਉਹਨਾਂ ਬੱਚਿਆਂ ਨੂੰ ਅਸੀਂ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਨਾ ਕੇਵਲ ਸਨਮਾਨਿਤ ਕਰਾਂਗੇ ਬਟ ਗਰਵ ਦੇ ਨਾਲ ਤੁਹਾਡੇ ਆਰਟ ਵਰਕਸ ਨੂੰ ਜ਼ਿਲ੍ਹਾ ਪ੍ਰਸ਼ਾਸਨ ਦੇ ਦਫ਼ਤਰ ਦੇ ਵਿੱਚ ਡਿਸਪਲੇ ਕਰਾਂਗੇ ਤੁਹਾਡੇ ਨਾਮ ਦੇ ਨਾਲ। ਇਸ ਦੇ ਨਾਲ ਤੁਹਾਡੇ ਹੁਨਰ ਨੂੰ ਇੱਕ ਪੱਕੇ ਤੌਰ 'ਤੇ ਪਹਿਚਾਣ ਵੀ ਮਿਲੇਗੀ ਅਤੇ ਸਾਨੂੰ ਆਪਣੇ ਬੱਚਿਆਂ 'ਤੇ ਹੁਨਰ 'ਤੇ ਪੂਰਾ ਗਰਵ ਰੋਜ਼ ਮਹਿਸੂਸ ਹੋ ਸਕੇਗਾ, ਜੋ ਕਿ ਲੋਕ ਰੋਜ਼ ਜਿਹੜੇ ਚੱਲ ਕੇ ਆਉਂਦੇ ਨੇ ਇੱਥੇ ਦਫ਼ਤਰ ਵਿਖੇ ਤੁਹਾਡਾ ਆਰਟ ਵਰਕ ਦੇਖ ਸਕਣਗੇ। ਸੋ ਮੈਂ ਆਸ ਕਰਦੀ ਹਾਂ ਅਤੇ ਸਾਰੇ ਬੱਚਿਆਂ ਨੂੰ ਓਪਨ ਸੱਦਾ ਦਿੰਦੀ ਹਾਂ ਕਿ ਤੁਸੀਂ ਜ਼ਰੂਰ ਆਪਣੇ ਆਰਟ ਵਰਕ, ਜਿਵੇਂ ਕ੍ਰੇਓਨ ਹੋਵੇ, ਓਇਲ ਪੇਸਟਲਸ ਹੋਣ, ਪੇਂਟਿੰਗ ਹੋਵੇ, ਕਿਸੇ ਵੀ ਤਰ੍ਹਾਂ ਦੇ ਆਪਣੇ ਮਨਪਸੰਦ ਦੇ ਵਿਸ਼ੇ 'ਤੇ ਤੁਸੀਂ ਆਪਣੇ ਆਰਟ ਵਰਕਸ ਬਣਾਓ ਇੱਕ ਸਟੈਂਡਰਡ ਆਰਟ ਸ਼ੀਟ ਦੇ ਉੱਤੇ, ਅਤੇ ਬੈਸਟ ਆਰਟ ਵਰਕਸ ਨੂੰ ਅਸੀਂ ਫਰੇਮ ਕਰਾ ਕੇ ਆਪਣੇ ਦਫ਼ਤਰ ਵਿਖੇ ਤੁਹਾਡੇ ਨਾਮ ਨਾਲ ਨੂੰ ਨਾਲ ਪਾ ਕੇ ਉਹਨੂੰ ਡਿਸਪਲੇ ਕਰਾਂਗੇ। ਥੈਂਕ ਯੂ ਐਂਡ ਵੈਲਕਮ ਐਵਰੀਵਨ। ਦੇਸ਼ ਵਿਦੇਸ਼ ਅਤੇ ਲੋਕਲ ਸ਼ਹਿਰਾਂ ਦੀਆਂ ਤਰੋ ਤਾਜ਼ੀਆਂ ਖਬਰਾਂ ਦੇਖਣ ਦੇ ਲਈ ਸਾਡਾ ਇਹ YouTube ਚੈਨਲ ਜਨ ਕਲਿਆਣ ਟੀਵੀ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਤੇ ਨਾਲ ਹੀ ਬੈਲ ਆਈਕਨ ਵੀ ਆਨ ਕਰ ਦਿਓ ਤਾਂ ਕਿ ਜਦੋਂ ਵੀ ਅਸੀਂ ਨਵੀਂ ਤੋਂ ਨਵੀਂ ਕੋਈ ਨਿਊਜ਼ ਅਪਲੋਡ ਕਰੀਏ ਤਾਂ ਉਹਦੀ ਨੋਟੀਫਿਕੇਸ਼ਨ ਤੁਹਾਡੇ ਤੱਕ ਜਲਦ ਤੋਂ ਜਲਦ ਪਹੁੰਚ ਜਾਏ। ਸੋ ਸਬਸਕ੍ਰਾਈਬ ਜਨ ਕਲਿਆਣ ਟੀਵੀ।